जिहड़ी राजधानी है दिल्ली उहदे विच पंजाबी दा देखो किन्ना बुरा हाल है। बोर्ड ते नज़र पई तुहानूं मैं दिखाना है, हिंदी च सही लिखा है कस्तूरबा गांधी मार्ग, इंग्लिश च भी सही लिखा है कस्तूरबा गांधी मार्ग। इन्हां दे कोई पंजाबी पढ़न लिखण वाला बंदा ही नहीं हैगा, मैनूं समझ नहीं आती पंजाबी भाषा की इन्नी बेअदबी और बेकदरी की जा रही है। कस्तूरबा ਭਾਵੇਂ ਕਿ ਪੰਜਾਬ ਸਣੇ ਦੇਸ਼ਾਂ ਵਿਦੇਸ਼ਾਂ 'ਚ ਵੀ ਪੰਜਾਬੀ ਭਾਸ਼ਾ ਨੂੰ ਮਾਣ ਹਾਸਿਲ ਹੈ, ਪਰ ਇਸ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਨਾਲ ਹੋ ਰਹੀ ਬੇਇਨਸਾਫੀ ਲਈ ਪੰਜਾਬੀਆਂ ਵੱਲੋਂ ਲੰਮੇ ਸਮੇਂ ਤੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ। ਦਰਅਸਲ ਇਹ ਤਸਵੀਰਾਂ ਦਿੱਲੀ ਦੀਆਂ ਨੇ, ਜਿਸ ਵਿੱਚ ਇੱਕ ਸਿੱਖ ਨੌਜਵਾਨ ਵੱਲੋਂ ਸੜਕ 'ਤੇ ਲੱਗੇ ਸਾਈਨ ਬੋਰਡ ਨੂੰ ਦਿਖਾਇਆ ਜਾ ਰਿਹਾ। ਇੰਨਾ ਹੀ ਨਹੀਂ, ਸਿੱਖ ਨੌਜਵਾਨ ਸਾਈਨ ਬੋਰਡ ਤੇ ਪੰਜਾਬੀ ਸ਼ਬਦ ਗਲਤ ਲਿਖਣ ਉੱਤੇ ਭੜਕਦਾ ਵੀ ਨਜ਼ਰ ਆ ਰਿਹਾ। ਉਸ ਵੱਲੋਂ ਕਿਹਾ ਜਾ ਰਿਹਾ ਕਿ ਹਿੰਦੀ ਤੇ ਅੰਗਰੇਜ਼ੀ ਭਾਸ਼ਾ 'ਚ ਕਸਤੂਰਬਾ ਗਾਂਧੀ ਮਾਰਗ ਬਿਲਕੁਲ ਸਹੀ ਲਿਖਿਆ ਗਿਆ ਹੈ, ਪਰ ਇਸ ਦੇ ਉਲਟ ਪੰਜਾਬੀ ਭਾਸ਼ਾ 'ਚ ਕਸਤੂਰਬਾ ਗਾਰੀ ਮਾਰਗ ਲਿਖ ਕੇ ਪੰਜਾਬੀ ਭਾਸ਼ਾ ਦੀ ਬੇਕਦਰੀ ਕੀਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਦੇਸ਼ ਦੇ ਵਿੱਚ ਜਿਹੜੀ ਰਾਜਧਾਨੀ ਹੈ ਦਿੱਲੀ ਉਹਦੇ ਵਿੱਚ ਪੰਜਾਬੀ ਦਾ ਦੇਖੋ ਕਿੰਨਾ ਬੁਰਾ ਹਾਲ ਹੈ। ਅਸੀਂ ਰੈਗੂਲਰ ਸਾਈਕਲਿੰਗ ਕਰਦੇ ਹਾਂ ਅਤੇ ਅੱਜ ਇੰਡੀਆ ਗੇਟ ਸਾਈਡ ਆਏ ਸੀਗੇ ਅਤੇ ਅਸੀਂ ਨਾ ਕਸਤੂਰਬਾ ਗਾਂਧੀ ਮਾਰਗ 'ਤੇ ਜਾ ਰਹੇ ਸੀਗੇ ਅਤੇ ਮੇਰਾ ਬੋਰਡ 'ਤੇ ਨਜ਼ਰ ਪਈ, ਤੁਹਾਨੂੰ ਮੈਂ ਦਿਖਾਉਣਾ, ਹਿੰਦੀ 'ਚ ਸਹੀ ਲਿਖਿਆ ਕਸਤੂਰਬਾ ਗਾਂਧੀ ਮਾਰਗ, ਇੰਗਲਿਸ਼ 'ਚ ਵੀ ਸਹੀ ਲਿਖਿਆ ਕਸਤੂਰਬਾ ਗਾਂਧੀ ਮਾਰਗ। ਇਹਨਾਂ ਦੇ ਕੋਲ ਕੋਈ ਪੰਜਾਬੀ ਪੜ੍ਹਨ ਲਿਖਣ ਵਾਲਾ ਬੰਦਾ ਹੀ ਨਹੀਂ ਹੈਗਾ, ਮੈਨੂੰ ਸਮਝ ਨਹੀਂ ਆਉਂਦੀ ਪੰਜਾਬੀ ਭਾਸ਼ਾ ਦੀ ਇੰਨੀ ਬੇਅਦਬੀ ਔਰ ਬੇਕਦਰੀ ਕੀਤੀ ਜਾ ਰਹੀ ਹੈ। ਕਸਤੂਰਬਾ ਇੱਥੇ ਤੱਤਾ ਲੱਗਣਾ ਚਾਹੀਦਾ, ਉਸ ਤੋਂ ਬਾਅਦ ਲਿਖਿਆ ਹੋਇਆ ਗਾਰੀ ਗਾਂਧਰੀ, ਜੋ ਕੋਈ ਵਰਡ ਹੀ ਨਹੀਂ ਬਣਦਾ। ਉਸ ਤੋਂ ਬਾਅਦ ਲਿਖਿਆ ਹੋਇਆ ਮਾਰਗ, ਸਿਰਫ ਮਾਰਗ ਠੀਕ ਹੈ, ਬਾਕੀ ਇਹ ਕੀ ਭਾਸ਼ਾ ਦੀ ਇੰਨੀ ਬੇਕਦਰੀ ਕੀਤੀ ਹੋਈ ਹੈ। ਇਹਨਾਂ ਨੂੰ ਚਾਹੀਦਾ, ਹੁਣ ਇਹ ਮੈਨੂੰ ਨਹੀਂ ਪਤਾ MCD ਨੇ ਬੋਰਡ ਲਗਵਾਏ ਨੇ, ਦਿੱਲੀ ਸਰਕਾਰ ਨੇ ਲਵਾਏ ਨੇ, ਕਿ ਇਹ ਭਾਰਤ ਸਰਕਾਰ ਕੇਂਦਰ ਸਰਕਾਰ ਉਹਨੇ ਬੋਰਡ ਲਗਵਾਏ ਨੇ, ਮਗਰ ਜਿੰਨੇ ਵੀ ਲਗਵਾਏ ਨੇ ਇੰਨੀ ਬੇਕਦਰੀ ਕੀਤੀ ਹੋਈ ਹੈ ਭਾਸ਼ਾ ਦੀ। ਇੰਨਾ ਪੈਸਾ ਵੇਸਟ ਕਰਕੇ ਤੁਸੀਂ ਕਰਦੇ ਹੋ, ਘੱਟੋ ਘੱਟ ਤੁਹਾਨੂੰ ਇਹ ਚਾਹੀਦਾ ਕਿ ਕਿਸੇ ਪੰਜਾਬੀ ਤੋਂ ਪੁੱਛ ਲਓ ਜਾਂ ਕਿਸੇ ਜਿਹਨੂੰ ਪੰਜਾਬੀ ਭਾਸ਼ਾ ਆਉਂਦੀ ਹੈ ਉਸ ਤੋਂ ਪੁੱਛ ਕੇ ਇਹ ਚੀਜ਼ਾਂ ਤੁਸੀਂ ਕਰੋ। ਇੰਨੀ ਬੇਕਦਰੀ ਕੀਤੀ ਹੋਈ ਹੈ ਕਸਤੂਰਬਾ ਗਾਂਧਰੀ ਮਾਰਗ, ਇਹ ਮੈਨੂੰ ਨਹੀਂ ਪਤਾ ਕਿਹੜੀ ਜਗ੍ਹਾ, ਹਿੰਦੀ 'ਚ ਸਹੀ ਲਿਖਿਆ ਇੰਗਲਿਸ਼ 'ਚ ਵੀ ਸਹੀ ਲਿਖਿਆ। ਇਹਨਾਂ ਨੂੰ ਚਾਹੀਦਾ ਜਲਦੀ ਤੋਂ ਜਲਦੀ ਇਹ ਜਿੰਨੇ ਵੀ ਗਲਤ ਬੋਰਡ ਇਹਨਾਂ ਨੇ ਲਿਖੇ ਹੋਏ ਨੇ ਇਹ ਬੋਰਡ ਵੱਧ ਤੋਂ ਵੱਧ ਹੁਣ ਜਲਦੀ ਤੋਂ ਜਲਦੀ ਚੇਂਜ ਹੋਣੇ ਚਾਹੀਦੇ ਆ। ਜੇ ਤੁਸੀਂ ਮੇਰੀ ਗੱਲ ਤੋਂ ਐਗਰੀ ਕਰਦੇ ਹੋ ਔਰ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਹੋ ਨਾ, ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਮੈਂ ਤੁਹਾਨੂੰ ਦਿਖਾਉਣਾ ਕਲੋਜ਼ ਤੋਂ। ਆਹ ਵੇਖੋ ਹਿੰਦੀ 'ਚ ਲਿਖਿਆ ਕਸਤੂਰਬਾ ਗਾਂਧੀ ਮਾਰਗ, ਇੰਗਲਿਸ਼ 'ਚ ਲਿਖਿਆ ਕਸਤੂਰਬਾ ਗਾਂਧੀ ਮਾਰਗ, ਪੰਜਾਬੀ 'ਚ ਪਤਾ ਨਹੀਂ ਕੀ ਲਿਖਿਆ ਕਸਤੂਰਬਾ ਗਾਂਧਰੀ ਮਾਰਗ। ਉਰਦੂ ਮੈਨੂੰ ਆਉਂਦੀ ਨਹੀਂ, ਮਾਫ਼ ਕਰਨਾ, ਅਤੇ ਨਹੀਂ ਤਾਂ ਮੈਂ ਉਰਦੂ ਵੀ ਪੜ੍ਹ ਕੇ ਦਿਖਾ ਦਿੰਦਾ। ਅਗਰ ਤੁਸੀਂ ਮੇਰੀ ਗੱਲ ਤੋਂ ਐਗਰੀ ਕਰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸਦੀ ਕਿ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਲਈ ਪੰਜਾਬ ਵਾਸੀ ਸੰਘਰਸ਼ ਕਰਦੇ ਆ ਰਹੇ ਨੇ। ਕੇਂਦਰ ਸਰਕਾਰ ਤੇ ਪੰਜਾਬੀਆਂ ਵੱਲੋਂ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਰਨ ਦੇ ਦੋਸ਼ ਲੱਗ ਰਹੇ ਨੇ। ਉੱਥੇ ਹੀ ਹੁਣ ਆਏ ਦਿਨ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ, ਜਿਸ ਵਿੱਚ ਪੰਜਾਬੀ ਸ਼ਬਦਾਂ ਨੂੰ ਗਲਤ ਲਿਖਿਆ ਜਾਂਦਾ ਹੈ। ਇਸ ਦੇ ਨਾਲ ਹੀ ਪੰਜਾਬੀਆਂ ਵੱਲੋਂ ਹੁਣ ਪੰਜਾਬੀ ਸ਼ਬਦਾਂ ਨੂੰ ਸਹੀ ਕਰਕੇ ਲਿਖਣ ਦੀ ਮੰਗ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।